ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਜਿਹੜੇ ਵੀਰ ਆਪਣੇ ਫੇਸਬੁੱਕ ਪੇਜ 'ਤੇ ਇਹ ਵੀਡੀਓ ਦੇਖ ਰਹੇ ਨੇ, ਫੇਸਬੁੱਕ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ, ਅਤੇ ਜਿਹੜੇ ਵੀਰ ਆਪਣੇ ਯੂਟਿਊਬ ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਆ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਅਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਔਲ 'ਤੇ ਸੈੱਟ ਕਰ ਲਿਓ, ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ। ਅੱਜ ਕਿਸਾਨ ਵੀਰੋ, ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਨਾਰਪੁਰ, ਤਹਿਸੀਲ ਕਰਤਾਰਪੁਰ ਸਾਹਿਬ, ਅਤੇ ਜ਼ਿਲ੍ਹਾ ਜਲੰਧਰ ਲੱਗਦਾ ਹੈਗਾ ਜੀ। ਅਤੇ ਵੀਰ ਹਰਜਿੰਦਰ ਦੇ ਘਰ ਆਏ ਹਾਂ ਦੋਸਤੋ, ਅਤੇ ਐਨੀਮਲ ਜਿਹੜੇ ਆ ਤੁਹਾਨੂੰ ਹਰ ਵਾਰ ਦੀ ਤਰ੍ਹਾਂ ਜਿਹੜੀਆਂ ਅੱਜ ਚਾਰ ਝੋਟੀਆਂ ਮੱਝਾਂ ਦਿਖਾਉਣੀਆਂ ਨੇ, ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ, ਅਤੇ ਇੱਕ ਵੈੜ ਹੋਵੇਗੀ, ਠੀਕ ਆ। ਵੈੜ ਬਿਲਕੁਲ ਜਿਹੜੀ ਤਿਆਰੀ ਦੇ ਵਿੱਚ ਆ, ਤਕਰੀਬਨ ਪੂਰੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਬਾਈ ਹਰਜਿੰਦਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ। ਬਾਕੀ ਪਸ਼ੂ ਜਿੰਨੇ ਵੀ ਹੋਣਗੇ ਦੋਸਤੋ, ਸੂਏ ਸਵਾਏ ਹੋਣਗੇ, ਉਹਨਾਂ ਦੀ ਬਿਲਕੁਲ ਤੁਸੀਂ ਵੈਰੀਫਾਈ ਦੇ ਲਈ, ਚੈਕਿੰਗ ਦੇ ਲਈ, ਠੀਕ ਹੈ ਜੀ, ਪਾਸ ਕਰਨ ਕਰਾਉਣ ਦੇ ਲਈ ਆਪਦੀ ਘਰ ਵਿਜਿਟ ਕਰ ਲਿਓ, ਤਸੱਲੀ ਨਾਲ ਇੱਕ ਟਾਈਮ ਦੋ ਟਾਈਮ ਚਵਾਈ ਕਰ ਲਿਓ, ਉਸ ਤੋਂ ਬਾਅਦ ਬੇਸ਼ੱਕ ਸੌਦਾ ਕਰ ਲਿਓ, ਠੀਕ ਆ। ਅਤੇ ਅੱਜ ਵੀਡੀਓ ਜਿਹੜੀ ਆਪਾਂ ਦੋਸਤੋ 24 ਫਰਵਰੀ ਨੂੰ ਬਣਾ ਰਹੇ ਹਾਂ, ਅਤੇ ਸਮਾਂ ਤੁਸੀਂ ਜ਼ਰੂਰ ਨੋਟ ਕਰ ਲਓ, ਕੋਈ 3 ਵਜੇ ਦੇ ਨੀਅਰ ਅਬਾਊਟ ਜਿਹੜਾ ਸਮਾਂ ਹੈਗਾ, ਠੀਕ ਆ। ਅਤੇ ਆ ਜਾਓ, ਕਰਦੇ ਹਾਂ ਵਧੇਰੇ ਗੱਲਬਾਤ ਬਾਈ ਹਰਜਿੰਦਰ ਦੇ ਨਾਲ, ਪੁੱਛ ਲੈਂਦੇ ਕੀ ਡਿਟੇਲ ਹੈਗੀ ਆ। ਅਤੇ ਬਾਕੀ ਥਣਾਂ ਦੀਆਂ ਬਿਲਕੁਲ ਧਾਰਾਂ ਮਾਰ ਕੇ ਆਪਾਂ ਤੁਹਾਨੂੰ ਚੈੱਕ ਪਾਸ ਕਰਾ ਦਾਂਗੇ, ਠੀਕ ਆ ਜੀ, ਚੁਆਈ ਦਿਖਾ ਦਾਂਗੇ ਵੀ ਕਿਹੋ ਜਿਹੀਆਂ ਧਾਰਾਂ ਹੈਗੀਆਂ ਨੇ, ਦੋ ਦੋ ਚਾਰ ਚਾਰ ਮਾਰ ਕੇ ਹਰ ਇੱਕ ਪਸ਼ੂ ਦੀਆਂ ਦਿਖਾਵਾਂਗੇ ਜ਼ਰੂਰ। ਸਭ ਤੋਂ ਪਹਿਲਾਂ ਬਾਈ ਹਰਜਿੰਦਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਹੋਰ ਕਹਿਮੋ ਜੀ? ਠੀਕ ਠਾਕ, ਵਧੀਆ ਵੀਰ ਜੀ, ਤੁਸੀਂ ਦੱਸੋ ਜੀ? ਬਹੁਤ ਵਧੀਆ ਵੀਰੇ। ਅਤੇ ਹਰਜਿੰਦਰ ਭਾਈ, ਅੱਜ ਪਸ਼ੂ ਚਾਰ ਮੱਝਾਂ ਝੋਟੀਆਂ ਫਿਰ ਆ ਗਈਆਂ ਜੀ। ਹਾਂਜੀ ਹਾਂਜੀ। ਤੇ ਵੀਰ ਹੈ ਸਾਰੀਆਂ ਸੂਈਆਂ ਸਵਾਈਆਂ ਨੇ? ਹਾਂਜੀ ਭਾਜੀ, ਸਵਾਈਆਂ ਸਾਰੀਆਂ ਸਵਾਈਆਂ। ਠੀਕ ਆ। ਤੇ ਅੱਜ ਫਿਰ ਇੱਕ ਬੂਰੀ ਲੈ ਆਉਂਦੀ ਹੈ? ਹਾਂਜੀ ਹਾਂਜੀ, ਬੂਰੀ ਝੋਟੀ। ਠੀਕ ਆ। ਤੇ ਹਰਜਿੰਦਰ ਭਾਈ, ਇੱਕ ਗੱਲ ਹੋਰ ਜ਼ਰੂਰੀ ਆ। ਹਾਂਜੀ ਹਾਂਜੀ। ਵੀ ਕੋਈ ਵੀਰ ਸੌਦਾ ਕਰਦਾ, ਹਾਂਜੀ ਹਾਂਜੀ, ਵੀ ਆਪਦੀ ਘਰੇ ਆ ਕੇ ਤਸੱਲੀ ਕਰ ਲੇ। ਭਾਜੀ, ਵੀਡੀਓ ਦੇ ਵਿੱਚ ਪਹਿਲਾਂ ਪਸ਼ੂ ਦੇਖ ਲੈਣਾ, ਸੌਦਾ ਕਰਨ ਲੱਗਿਆ ਪੁੱਛ ਲੈਣ ਵੀ ਕਿੱਡਾ ਕੱਦ ਕਾਠ ਹੈ, ਕਿੱਡਾ ਬੱਚਾ ਹੈ, ਕੀ ਹਿਸਾਬ ਕਿਤਾਬ ਹੈ। ਹਾਂਜੀ। ਜੇ ਭਾਜੀ ਥਣਾ ਜਾਂ ਪ੍ਰੋਬਲਮ ਨਿਕਲੂਗੀ, ਭੂਰ ਛੱਟਾ ਨਿਕਲੂਗਾ, ਕੋਈ ਗਿਲਟੀ ਨਾੜ ਨਿਕਲੂਗੀ, ਦੁੱਧ ਘੱਟ ਨਿਕਲੂਗਾ, ਫਿਰ ਭਾਈ ਅਸੀਂ ਦੇਣਦਾਰ ਆ। ਜੇ ਉੱਦਾਂ ਆ ਕੇ ਕੋਈ ਕਰਨ ਨਖਰੇ, ਫਿਰ ਤਾਂ ਭਾਜੀ ਔਖਾ ਨਾ ਕੰਮ, ਠੀਕ ਹੈ ਨਾ? ਬਿਲਕੁਲ। ਹਾਂਜੀ ਹਾਂਜੀ। ਚਲੋ, ਉੱਦਾਂ ਨਜਾਇਜ਼ ਨਹੀਂ ਪਸ਼ੂ ਡੱਕਿਆ ਜਾਂਦਾ ਗਾ, ਉੱਥੇ ਆਪਾਂ ਨੂੰ ਵੀ ਪਤਾ ਵੀ ਪਸ਼ੂ ਫਿਰ ਅਗਲੇ ਕਿਸੇ ਹੋਰ ਖਰੀਦਦਾਰ ਨੇ ਖਰੀਦਣਾ ਹੋਵੇ ਤੇ ਉਹ ਖਰਾਬ ਹੁੰਦਾ। ਬਿਲਕੁਲ। ਵੀ ਜੇਕਰ ਕੋਈ ਪੱਕੀ ਮਤਲਬ ਕਿ ਭਾਰ ਪਿੱਛੇ ਦੀ ਕੋਈ ਥਣ ਦੇ ਵਿੱਚ ਗਿਲਟੀ ਦੀ ਭੂਰ ਦੀ ਕੋਈ ਪ੍ਰੋਬਲਮ ਆ, ਫਿਰ ਬੰਦਾ ਕਹਦੇ ਭਾਈ ਸਾਨੂੰ ਮਨਜ਼ੂਰ ਨਹੀਂ, ਪਾਸ ਨਹੀਂ, ਸਾਡੇ ਸਾਡੀ ਸਾਈ ਮੋੜ ਦੋ ਬਾਈ। ਭਾਜੀ ਫਿਰ ਡਬਲ ਸਾਈ ਦਾਂਗੇ। ਪੱਕੀ ਬਾਈ? ਪੱਕੀ ਡਬਲ। ਕੈਮਰੇ ਦੇ ਵਿੱਚ ਕਹਿੰਦੇ ਪਏ, ਵੀਡੀਓ ਦੇ ਵਿੱਚ ਕਹਿੰਦੇ ਪਏ, ਜੋ ਅਸੀਂ ਦੱਸਾਂਗੇ ਹਾਂਜੀ 100 ਨਾ ਨਿਕਲੂਗਾ। ਹਾਂਜੀ। ਭੂਰ ਛੱਟਾ ਨਿਕਲੂਗਾ, ਗਿਲਟੀ ਨਿਕਲੂਗੀ। ਹਾਂਜੀ। ਐਡੀ ਦੂਰੋਂ ਕਿਸੇ ਨੇ ਟਾਈਮ ਖਰਾਬ ਕਰਕੇ ਆਉਣਾ, ਭਾਜੀ ਡਬਲ ਸਾਈ ਮੋੜਾਂਗੇ। ਠੀਕ ਆ। ਜਿਹਦੇ ਹੋਊਗਾ ਭੂਰ ਛੱਟਾ ਉਹਦੇ ਪਹਿਲਾਂ ਦੱਸ ਦਾਂਗੇ ਭਾਜੀ। ਠੀਕ ਆ। ਲਓ ਵੀ ਦੋਸਤੋ, ਜ਼ਰੂਰ ਤੁਸੀਂ ਨੋਟ ਕਰ ਲਿਓ, ਮੇਰਾ ਕਹਿਣ ਦਾ ਮਤਲਬ ਇਹ ਸੀਗਾ ਵੀ ਬਾਈ ਦਾ ਜਿਹੜਾ ਵੀਰ ਹਰਜਿੰਦਰ ਦਾ ਕੰਮ ਹੈ ਵਪਾਰ ਦੀ ਲੈਣ ਆ, ਤਸੱਲੀ ਅਗੋਂ ਕਰਕੇ ਲੈ ਕੇ ਆਉਂਦਾ, ਤਸੱਲੀ ਤੁਸੀਂ ਕਰਕੇ ਲਿਆ ਤੇ ਤੁਸੀਂ ਵੀ ਕਰਕੇ ਲੈ ਕੇ ਜਾਇਓ। ਮੈਂ ਇਹ ਨਹੀਂ ਕਹਿੰਦਾ ਹੈਗਾ, ਵਾਰ ਵਾਰ ਕਹਿੰਦਾ ਹੁੰਦਾ ਵੀ ਆਨਲਾਈਨ ਤੁਸੀਂ ਸੌਦਾ ਨਾ ਕਰੋ, ਜਿਹੜਾ ਵੀਰ ਪਹੁੰਚ ਸਕਦਾ ਘਰੇ ਤਸੱਲੀ ਕਰ ਸਕਦਾ, ਜਿੰਨੀ ਗੱਲ ਕਹੀ ਹੋਊਗੀ ਉਹ ਬਿਲਕੁਲ ਖਰੀ ਉਤਰੂਗੀ, ਤਾਂ ਤੁਸੀਂ ਜਿਹੜਾ ਦੋਸਤੋ ਬਾਕੀ ਪੇਮੈਂਟ ਕਰਕੇ ਆਪਦੀ ਚੀਜ਼ ਆ, ਝੋਟੀ ਆ, ਮੱਝ ਆ, ਵੱਛੀ ਆ, ਉਹ ਲੈ ਕੇ ਜਾ ਸਕਦੇ ਹੋ। ਤੇ ਬਾਈ ਹਰਜਿੰਦਰ, ਕਰੀਏ ਸ਼ੁਰੂਆਤ। ਹਾਂਜੀ ਹਾਂਜੀ। ਪਹਿਲੇ ਨੰਬਰ ਤੇ ਬੂਰੀ ਆ ਗਈ ਝੋਟੀ, ਇਹ ਭਾਜੀ ਪਹਿਲਾ ਸੂਆ। ਹਾਂਜੀ। ਮੂੰਹ ਪਿਓਰ ਦੋ ਦੰਦ ਚੌਕ ਦੇ ਚੱਕੇ ਆ ਭਾਈ, ਆਪਾਂ ਦਿਖਾ ਦਿੰਦੇ। ਠੀਕ ਆ ਜੀ। ਪਿੱਛੇ ਭਾਜੀ ਇਹਦੇ ਕੱਟੀ ਆ। ਠੀਕ ਆ ਵੀਰੇ। ਹਾਂਜੀ। ਝੋਟੀ ਕੋਲੋਂ ਭਾਜੀ 12 ਲੀਟਰ ਦੁੱਧ ਹੋਊਗਾ। ਠੀਕ ਆ ਜੀ। ਜਿੰਨੇ ਵੀਰ ਨੇ ਸੌਦਾ ਕਰਨਾ, ਸੌਦਾ 11 ਲੀਟਰਾਂ ਦਾ ਕਰੇ ਭਾਜੀ। ਠੀਕ ਆ ਜੀ। ਹਾਂਜੀ, 11 ਲੀਟਰ ਮਨਾ ਕੇ ਚਵਾ ਕੇ, ਜਿਹੜਾ ਨਹੀਂ ਆ ਸਕਦਾ ਭਾਜੀ ਵੀਡੀਓ ਕਾਲ ਤੇ ਚੌਕੇ ਲੈ ਕੇ ਜਾਵੇ। ਠੀਕ ਆ ਜੀ। ਹਾਂਜੀ ਹਾਂਜੀ। ਠੀਕ ਆ। ਤੇ ਬਾਕੀ ਹਰਜਿੰਦਰ ਭਾਈ, ਕਈਆਂ ਦੀਆਂ ਮੁਸ਼ਕਲਾਂ ਇਹ ਹੁੰਦੀਆਂ ਵੀ ਯਾਰ ਚਵਾਈ, ਤੁਸੀਂ ਚਲੋ ਵੀਡੀਓ ਕਾਲ ਤੇ ਵੀ ਕਹਿ ਦਿੱਤਾ, ਪਰ ਹੋ ਸਕਦਾ ਵੀ ਤੁਹਾਡੀ ਚਵਾਈ ਦੇ ਵਿੱਚ ਉਹਦੀ ਚਵਾਈ ਫਰਕ ਹੋਵੇ, ਕਹਿਣ ਤੋਂ ਭਾਵੇਂ ਧਾਰ ਪੋਲੀ ਹੋਵੇ, ਟਾਇਟ ਹੋਵੇ, ਉਹਦਾ ਵੈਰੀਫਾਈ ਨਹੀਂ ਹੁੰਦਾ। ਮੈਂ ਤਾਂ ਇਹ ਕਹਿੰਦਾ ਵਾਰ ਵਾਰ ਵੀ ਆਪਦੀ ਇੱਥੇ ਆਵੇ, ਇੱਥੇ ਆਵੇ, ਬਿਲਕੁਲ ਭਾਈ ਸਹੀ ਗੱਲ, ਸਭ ਨੂੰ ਵਧੀਆ।
ਇੱਥੇ ਆਵੇ ਆਪਾਂ ਆਪਦੇ ਘਰ ਰੱਖਾਂਗੇ ਭਾਜੀ। ਹੋਰ ਦੱਸੋ, ਬਿਲਕੁਲ ਰੋਟੀ ਪਾਣੀ ਖਿਲਾਵਾਂਗੇ। ਝੋਟੀ ਦਿਖਾਓ ਭਾਜੀ, ਆਹ ਲਓ ਦੋਸਤੋ, ਕਰੋ ਚੈੱਕ ਝੋਟੀ ਦੇ ਥਾਣ ਥੁਣ ਜਿਹੜੇ ਦੋਸਤੋ ਕਮਾਲ ਦੇ ਨੇ, ਠੀਕ ਆ। ਵੀ ਜਿਹੜੀ ਚੀਜ਼ ਕਮਾਲ ਦੀ ਕਹੀ ਜਾਂਦੀ ਉਹ ਆਪਾਂ ਕਮਾਲ ਦੀ ਕਹਾਂਗੇ, ਕਿਉਂਕਿ ਜ਼ਿਆਦਾ ਸਿਫਤ ਮੈਂ ਨਹੀਂ ਕਰਦਾ ਗਾ, ਝੋਟੀ ਆਪ ਦੱਸ ਰਹੀ ਆ ਵੀ ਆਪਣੇ ਆਪ 'ਚ ਕੁਛ ਨਾ ਕੁਛ ਹੈਗੀ ਆ। ਬਾਕੀ ਤੁਸੀਂ ਵੇਖੋਗੇ ਬਿਲਕੁਲ ਜਿਹੜੀ ਬੂਰੀ ਹੈਗੀ ਆ ਤਿਲਾਂ ਵਾਲੀ ਬੂਰੀ ਆ ਦੋਸਤੋ, ਠੀਕ ਆ। ਅਤੇ ਤਿਲਾਂ ਵਾਲੀ ਆ ਬੂਰੀਆਂ ਜਿਹੜੀਆਂ ਦੋ ਤਿੰਨ ਤਿੰਨ ਚਾਰ ਕੈਟਾਗਰੀਆਂ ਦੀਆਂ ਚਾਹ ਜਾਂਦੀਆਂ। ਲਾਲ ਬੂਰੀ ਆ ਜਾਂਦੀ ਆ, ਇੱਕ ਕਾਲੀ ਮੋਹਰਾ ਦੇ ਵਿੱਚ ਬੂਰੀ ਵੀ ਇੱਕ ਆਉਂਦੀ ਆ, ਇਹ ਤਿਲਾਂ ਵਾਲੀ ਬੂਰੀ ਆ ਅਤੇ ਲਾਲ ਸਕਿਨ ਆ। ਬਾਕੀ ਮੂੰਹ ਮੱਥੇ ਦੀ ਤੁਸੀਂ ਬਣਤਰ ਵੇਖ ਲਓ, ਆਹ ਵੇਖ ਲਓ ਜੀ, ਠੀਕ ਆ। ਆਹ ਫੇਸ ਦੀ ਕੁਆਲਿਟੀ ਹੈ, ਸਿੰਗਲ ਸੁੰਗੀ ਬਹੁਤ ਵਧੀਆ। ਅਤੇ ਬਾਕੀ ਆਪਾਂ ਤੋਰ ਕੇ ਤੁਹਾਨੂੰ ਦਿਖਾਉਂਦੇ ਹਾਂ, ਠੀਕ ਆ। ਹਰਜਿੰਦਰ ਵੀਰੇ ਇੱਕ ਤੋਰ ਕੇ ਦਿਖਾਈਏ ਇਹਨੂੰ, ਅਤੇ ਸੂਆ ਦੂਜਾ ਸੂਈ ਹੈ ਪਹਿਲਾਂ ਨੇ, ਹਾਂ ਕਰਾਵਾਂਗੇ। ਜਿੰਨੀ ਕੁ ਬਿਲਕੁਲ ਪਾਰਦਰਸ਼ੀ ਰੱਖੀ ਜਾਊਗੀ ਓਨੀ ਰੱਖਾਂਗੇ। ਕਿਸੇ ਪਾਸਿਓਂ ਕੋਈ ਬਾਕੀ ਵਾਂਝੇ ਰਹਿ ਜਾਈਏ ਤੇ ਉਹ ਕਹਿ ਨਹੀਂ ਸਕਦੇ, ਉਹ ਤੁਸੀਂ ਆਪ ਬੇਸ਼ੱਕ ਆਪਦੀ ਤਸੱਲੀ ਕਰਕੇ ਪੂਰੀ ਕਰ ਲਿਓ, ਠੀਕ ਆ। ਹਾਂਜੀ, ਆ ਕਰੋ ਚੈੱਕ ਦੋਸਤੋ, ਲੇਵਾ ਲੂਆ ਬੜਾ ਬਾਕਮਾਲ ਆ, ਸੋਹਣਾ ਹਵਾਨਾ ਦਿਖਾਉਂਦੀ ਆ ਅਤੇ ਥਾਣ ਥੁਣ ਵੀ ਚੰਗਾ ਮੁੱਠੀ ਵਾਲਾ। ਅਤੇ ਬੂਰੀ ਜਿਹੜੀ ਤਿਲਾਂ ਵਾਲੀ ਵੀਰ ਦੇ ਕੋਲ ਝੋਟੀ ਆ ਦੋਂਦੀ ਆ, ਚੌਕ ਦੇ ਦੰਦ ਹਜੇ ਦੋਸਤੋ ਚੁੱਕੇ ਆ, ਠੀਕ ਆ। ਬਾਕੀ ਥਾਣ ਥੁਣ ਬਹੁਤ ਵਧੀਆ, ਸੋਹਣਾ ਨੋਕ ਵਾਲਾ ਥਾਣ ਲੱਗਾ। ਠੀਕ ਆ। ਤੇ ਹਰਜਿੰਦਰ ਵੀਰੇ 11 ਲੀਟਰ ਕੋਈ ਵੀ ਆ ਕੇ ਚੋ ਸਕਦਾ? ਹਾਂਜੀ ਹਾਂਜੀ, 11 ਲੀਟਰ ਭਾਜੀ ਜਿੱਦਾਂ ਮਰਜ਼ੀ ਚੋਵੇ ਮੇਰਾ ਵੀਰ ਕੋਈ ਵੀ ਆ। ਠੀਕ ਆ, ਇਹਦੀ ਡਿਮਾਂਡ ਵੀਰੇ ਕੀ ਆ? ਡਿਮਾਂਡ ਦਾ ਭਾਜੀ ਦੋਂਦੀਆਂ ਕੱਟੀਆਂ ਦੀ ਲੋਕ ਦੇ 1.25 ਲੱਖ, 1.5-1.35 ਕਰਦੇ, ਵਿਕਦਾ ਵੀ ਪਿਆ ਮਾਲ ਭਾਜੀ? ਵਿਕਦਾ ਬਿਲਕੁਲ ਜੀ। ਆਪਾਂ ਸਿਰਫ ਭਾਜੀ 82,000 ਦੀ ਕੱਟੀ ਦੇਣੀ ਆ। 82,000 ਦੀ? ਹਾਂਜੀ। ਕੋਈ ਛੋਟ ਛੱਪਾ ਵਿੱਚ ਕਿੰਨਾ ਕੁ ਜੀ? 2,000 ਰੁਪਿਆ ਭਾਜੀ ਛੋਟ ਕਰ ਦਾਂਗੇ। ਹੋਰ ਦੱਸੋ। 80 ਦੀ ਹੁੰਦੀ ਭਾਜੀ? 80 ਦੀ ਦੇ ਦਾਂਗੇ, ਕੁਛ ਛੋਟ ਕਰਾਂਗੇ ਭਾਜੀ, ਆਪਦੀ ਖੁਸ਼ੀ ਨਾਲ ਰਸਾ ਛੜਾਈ। ਠੀਕ ਆ। ਹਾਂਜੀ ਠੀਕ ਆ ਭਰਾ। ਤੇ ਇਹਨੂੰ ਵੀਰ ਜੀ ਆਪਾਂ ਦਿਖਾਈਏ ਮਾੜਾ ਜਿਹਾ ਧਾਰਾ ਮਾਰ ਕੇ। ਬਿਲਕੁਲ ਭਾਜੀ, ਦੋਂਦੀ ਕੱਟੀ ਨੂੰ ਥਾਣ ਦੇਖੋ। ਤੇ ਥਣ ਬਹੁਤ ਸੋਹਣਾ ਲੱਗਾ ਦੋਸਤੋ। ਬਾਕੀ ਧਾਰਾ ਮਾਰ ਕੇ ਆਪਾਂ ਚੌਂ ਥਣਾਂ ਦੀਆਂ ਤੁਹਾਨੂੰ ਚੈੱਕ ਕਰਾ ਦਿੰਦੇ ਆ। ਮਗਰ ਵੀ ਕੱਟੀ ਆ, ਆਪ ਕੱਟੀ ਆ, ਮਗਰ ਵੀ ਕੱਟੀ ਆ, ਸੌਦਾ ਬਹੁਤ ਸੋਹਣਾ ਲੱਗੂਗਾ ਤੁਹਾਨੂੰ। ਉਮੀਦ ਕਰਦਾ ਵੀ ਸੌਦਾ ਸੋਹਣਾ ਲੱਗੂਗਾ। ਬਹੁਤ ਘੱਟ ਦੋਸਤੋ ਰੀਅਰ ਕੇਸ ਹੁੰਦੇ, ਕਈ ਨਾ ਕੱਟੇ ਆ ਜਾਂਦੇ ਆ, ਕਈ ਨਾ ਝੋਟੀਆਂ ਹੋਰ ਹਿਸਾਬ ਦੀਆਂ ਹੁੰਦੀਆਂ ਮਗਰ ਕੱਟੀਆਂ ਹੁੰਦੀਆਂ। ਇਹ ਤਾਂ ਬੂਰੀ ਕੱਟੀ ਆ, ਜੋੜੀ ਬਹੁਤ ਸੋਹਣੀ ਆ, ਠੀਕ ਆ। ਅਤੇ ਜੋੜੀ ਦੇ ਨਾਲ ਇੱਕ ਜਿਹੜੀ ਹੋਰ ਤਸੱਲੀ ਕਰਾ ਦਿੰਦੇ ਆਪਾਂ ਥਣਾਂ ਦੀ, ਤੁਹਾਨੂੰ ਚੈੱਕ ਪਾਸ ਕਰਾ ਦਿੰਦੇ। ਆਹ ਦੇਖੋ ਜੀ, ਬਸਮਾ ਤੋਂ ਬਾਅਦ ਜਿਹੜਾ ਦੋਸਤੋ ਥਣ ਬਹੁਤ ਸੋਹਣਾ ਦੇਖੋ, ਠੀਕ ਆ। ਅਤੇ ਬਿਰਲਾ ਬੁਰਲਾ ਬਹੁਤ ਸੋਹਣੀ ਆ, ਅਤੇ ਥਣ ਹੈ ਵੀ ਮੁੱਠੀ ਵਾਲਾ, ਅਤੇ ਬਹੁਤ ਚੰਗੀ ਸੋਹਣੀ ਸ਼ੇਪ ਆ ਥਣ ਦੀ। ਇਕੱਲੀ ਕਹਿਣ ਦੀ ਗੱਲ ਨਹੀਂ, ਬਾਕੀ ਦੋਸਤੋ ਜਿਹੜੀ ਰਿਐਲਿਟੀ ਵਾਲੀ ਚੀਜ਼ ਹੋਊਗੀ ਆਪਾਂ ਉਹਨੂੰ ਸੱਚਾਈ ਦੇ ਤੌਰ 'ਤੇ ਦੱਸਾਂਗੇ, ਠੀਕ ਆ। ਅਤੇ ਸਮਾਂ ਬੇਸ਼ੱਕ ਦੋਸਤੋ ਥੋੜ੍ਹਾ ਜਿਹਾ ਵੱਧ ਲੱਗ ਜੂਗਾ, 2-4 ਮਿੰਟ ਦੀ ਚੀਜ਼ ਲੰਬੀ ਹੋ ਜੂਗੀ, ਪਰ ਤਸੱਲੀ ਆ, ਉਹ ਕਰਵਾ ਕੇ ਹੀ ਤੋਰਾਂਗੇ। ਬਾਕੀ ਭਾਈ ਹਰਜਿੰਦਰ ਚੁਆਈ ਦੇ ਨਾਲ ਨਾਲ ਦੱਸ ਦਿਓ ਪੋਲੀ ਧਾਰ ਦਾ ਸਾਰਾ ਵੀ ਵੇਰਵਾ ਦਿਓ ਜੀ। ਮੈਂ ਕਿਹਾ ਭਾਜੀ ਆ ਦੇਖੀ, ਕੋਈ ਭੂਲ ਛੱਟਾ ਨਹੀਂ ਗਾ, ਕੋਈ ਗਲਤੀ ਨਹੀਂ ਗੀ ਦਿਖਾਉਂਦੇ ਨੇ। ਮਗਰਲੇ ਥਾਂ ਚੋਦੋ ਫਿਰ
ਆਹ ਮਗਰਲੇ ਥਾਂ ਦੀ ਚਵਾਈ ਦੇਖ ਲਓ ਜੀ। ਦੇਖੋ ਭਾਈ ਜਿੱਦਾਂ ਮੋਟਰ ਚੱਲਦੀ ਉੱਦਾਂ ਚੱਲਦੀ ਆ, ਬਿਰਲੀਆਂ ਕੋਈ ਦੋਲੀਆਂ ਕੱਟੀਆਂ ਤਾਂ ਐਡਾ ਥਾਂ ਲੱਗਦਾ। ਬਿਲਕੁਲ ਸੀਲ ਸਾਊ ਪੁਣਾ ਕਾਫੀ ਜ਼ਿਆਦਾ ਵਧੀਆ ਦੋਸਤੋ, ਬਾਕੀ ਜਿੱਥੇ ਖੜੀ ਲੱਤ ਟਕਾ ਕੇ ਉੱਥੇ ਖੜੀ ਹੈ, ਠੀਕ ਹੈ। ਆਹ ਚਵਾਈ ਲੱਗੀ ਜੀ ਇਸ ਝੋਟੀ ਨੂੰ, ਬਸ ਜੀ ਚੱਕ ਜੀ ਪਸਮਾ ਤੋਂ ਬਾਅਦ ਜਿਹੜੀ ਆ ਝੋਟੀ ਵੇਖੋ, ਠੀਕ ਹੈ। ਹੁਣ ਦੇਖੋ ਭਾਅ ਜੀ ਕੱਟੀ ਆਹ ਕਰੋ ਚੈੱਕ ਜੀ, ਇਹ ਪਸਮਾ ਤੋਂ ਬਾਅਦ ਆ, ਕਿਉਂਕਿ ਬੱਚਾ ਲਾਉਣ ਤੋਂ ਬਾਅਦ ਆਪਾਂ ਤੁਹਾਨੂੰ ਧਾਰ ਮਾਰ ਕੇ ਦਿਖਾਈ ਹੈ, ਅਤੇ ਪਸਮਾ ਤੋਂ ਬਾਅਦ ਜਿਹੜਾ ਦੋਸਤੋ ਇਹੋ ਜਿਹਾ ਥਣ ਨਿਕਲ ਕੇ ਹਵਾਨਾ ਬਿਲਕੁਲ ਸਾਹਮਣੇ ਆਇਆ, ਠੀਕ ਹੈ। ਹਰਜਿੰਦਰ ਵੀਰੇ 80 ਦੀ ਫਿਰ ਲਾਸਟ ਹੁੰਦੀ ਹੈ ਨਾ। ਹਾਂਜੀ ਹਾਂਜੀ ਭਾਈ, ਦਿਖਾਓ ਜਗਾੜ, ਦੇਖੋ ਕੱਟੀ ਨੂੰ ਕੀ ਲੱਗਾ ਪਿਆ ਤੇ ਇਹ ਬਿਰਲੇ ਨੂੰ ਲੱਗਦਾ। ਲਓ ਜੀ ਠੀਕ ਹੈ, ਠੀਕ ਹੈ। ਸ਼ਾਨਦਾਰ ਜਿਹੜੀ ਕੁਆਲਿਟੀ ਦੀ ਜਿਹੜੀ ਦੋਸਤੋ ਝੋਟੀ ਆ ਵੀਰ ਹਰਜਿੰਦਰ ਦੇ ਕੋਲ, ਜ਼ਰੂਰ ਸੰਪਰਕ ਕਰ ਲਿਓ। ਤਸੱਲੀ ਕਰਨ ਲਈ ਤਾਂ ਘਰੇ ਆ ਜਾਓਗੇ, ਸੈਟਿਸਫਾਈ ਹੋਵੋਗੇ, ਨਿਰਾਸ਼ ਨਹੀਂ ਹੋਵੋਗੇ। ਇਸ ਤੋਂ ਬਾਅਦ ਅਗਲੀ ਤੁਹਾਨੂੰ ਮੱਝ ਦਿਖਾਉਣੇ ਆ, ਅਤੇ ਹਰਜਿੰਦਰ ਵੀਰੇ ਪੂਰੀ ਇਨਫੋਰਮੇਸ਼ਨ ਦੱਸ ਦਈਏ ਅਗਲੀ ਇਸ ਮੱਝ ਦੀ। ਇਹ ਭਾਈ ਤੀਜੀ ਸੂਈ ਮੈਂ ਸੂਈ ਆ ਭਾਈ। ਠੀਕ ਆ ਜੀ, ਅਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਵੀਰੇ? ਇਹਨੂੰ ਭਾਅ ਜੀ ਆਹ ਦੇਖੋ ਬੱਚਾ ਜਿੰਨੇ ਦਿਨ ਦਾ ਕਿਸੇ ਵੀਰ ਨੇ ਲਾਉਣਾ ਲਾ ਲਓ ਭਾਅ ਜੀ, ਘਰ ਵਾਲੇ ਕਹਿੰਦੇ ਸੀ 6-7 ਦਿਨ ਹੋਏ ਆ, ਮੈਂ ਮੰਨਣਾ ਵੀ 9-10 ਦਿਨ ਤੋਂ ਵੱਧ ਨਹੀਂ, 10 ਹੋ ਜੂਗਾ, 11 ਹੋ ਜੂਗਾ ਜੀ, ਇਸ ਤੋਂ ਵੱਧ ਨਹੀਂ ਕਰੂਗਾ। ਠੀਕ ਆ, ਇਹ ਮਗਰ ਕੱਟੀ ਹੈਗੀ ਨਾ? ਕੱਟੀ ਆ ਹਾਂਜੀ ਭਾਅ ਜੀ, ਕੱਟੀ ਆ, ਤੇ ਆਪ ਇਹ ਕਿੰਨਵਾਂ ਸੂਆ ਤੀਜਾ ਜੀ? ਭਾਈ ਤੀਜੇ ਸੂਏ ਸੂਈ ਆ ਮੈਂ, ਤੀਜੇ ਸੂਏ ਸੂਈ ਆ ਹਾਂਜੀ ਹਾਂਜੀ। ਤੇ ਬਾਕੀ ਹੁਣ ਦੁੱਧ ਵੀਰੇ ਕਿੰਨੇ ਤੇ ਚੱਲ ਰਹੀ ਹੈ? ਦੁੱਧ ਭਾਅ ਜੀ ਇਹਦੇ ਕੋਲ ਵੀ 12 ਲੀਟਰ ਹੋਊਗਾ, ਪਰ ਸੌਦਾ ਕੋਈ ਵੀਰ 11 ਲੀਟਰਾਂ ਦਾ। ਠੀਕ ਹੈ ਜੀ ਹਾਂਜੀ, 12 ਲੀਟਰ ਜਿਹੜਾ ਦੋਸਤੋ ਇਸਦੇ ਥੱਲੇ ਵੀਰਾਂ ਦਾ ਵੀ ਮਿਲਕ ਆ, ਪਰ 11 ਲੀਟਰ ਤੁਸੀਂ ਜਿਹੜਾ ਸੌਦਾ ਕਰਨਾ ਤੇ 11 ਲੀਟਰ ਦਾ ਤੁਸੀਂ ਵਿਚਾਰ ਰੱਖ ਕੇ ਜਿਹੜਾ ਸੌਦਾ ਕਰ ਸਕਦੇ ਜੀ। ਲੇਵਾ ਕਰਨ ਵਾਲੀ ਨੂੰ ਸੋਹਣਾ ਲੱਗਾ, ਠੀਕ ਆ। ਤੇ ਆਹ ਵੇਖੋ ਜੀ, ਬਾਕੀ ਫੇਸ ਦੀ ਕੁਆਲਿਟੀ ਜਿਹੜੀ ਇੱਦਾਂ ਦੀ ਆ, ਤੇ ਵੱਡੀ ਆ, ਵੱਡੀ ਪੱਲੇ ਦੀ ਆ ਬਿਲਕੁਲ। ਵੇਖੋਗੇ ਤੁਸੀਂ ਹਾਈਟ ਜਿਹੜੀ ਆ ਵਧੀਆ ਚੰਗੀ ਹਾਈਟ ਆ, ਠੀਕ ਆ। ਤੇ ਆਹ ਕਰੋ ਚੈੱਕ, ਆਹ ਕਰੋ ਚੈੱਕ ਜੀ, ਠੀਕ ਆ। ਅਤੇ ਚਵਾਈ 11 ਲੀਟਰ ਦੀ ਕਰ ਲਿਓ, ਅਤੇ ਹਰਜਿੰਦਰ ਵੀਰੇ ਖੋਲ੍ਹ ਕੇ ਦਿਖਾਈਏ ਇਹਨੂੰ। ਆਹ ਲਓ ਦੋਸਤੋ, ਠੀਕ ਆ, ਤਾਜ਼ੀਆਂ ਤਾਜ਼ੀਆਂ ਮੱਝਾਂ ਸੂਈਆਂ ਨੇ ਮੇਰਾ ਵੀਰ, ਜਿਹਨੇ ਖਰੀਦਣੀਆਂ ਖਾਸ ਤੌਰ 'ਤੇ ਆਪਦਾ ਸੌਦਾ ਕਰ ਲਿਓ, ਚਵਾਈ ਕਰ ਲਿਓ, ਤਸੱਲੀ ਹੋ ਜੂਗੀ ਤਾਂ ਬੇਸ਼ੱਕ ਤੁਸੀਂ ਅੱਗੇ। ਚਲੋ ਜੀ ਠੀਕ ਹੈ ਜੀ ਭਾਈ, ਵੱਡੇ ਪੱਲੇ ਦੀ ਆ ਵੀ ਤੁਹਾਨੂੰ ਦੱਸ ਦਿਓ ਕਿ ਨਿੱਕੀ ਜਿਹੀ ਨਿੱਕੀ ਹੈਗੀ ਮੈਂ। ਬਿਲਕੁਲ ਜੀ ਬਿਲਕੁਲ, ਨਹੀਂ ਚੰਗੀ ਆ, ਵੱਡੀ ਮੱਝ ਆ, ਵੱਡੀਆਂ ਮੱਝਾਂ ਜਿਹੜੀ ਦੋਸਤੋ ਇਸ ਦੀ ਗਿਣਤੀ ਆ, ਠੀਕ ਆ। ਅਤੇ ਬਾਕੀ ਸਿੰਗਲ ਹੱਡੀ ਦੇ ਵਿੱਚ, ਅਤੇ ਚਵਾਈ ਤੁਸੀਂ ਜ਼ਰੂਰ ਮੰਨ ਕੇ 11 ਦੀ ਕਰ ਵੀ ਸਕਦੇ ਹੋ ਘਰ ਦੋ ਟਾਈਮ। ਅਤੇ ਆਹ ਦੇਖੋ ਮਗਰ ਇਸਦੇ ਵੀ ਕੱਟੀ ਆ ਮੱਝਾਂ ਜਿਹੜੀਆਂ ਆਪਾਂ ਤੁਹਾਨੂੰ ਦਿਖਾਈਆਂ ਦੋਸਤੋ ਜਾਂ ਦਿਖਾ ਰਹੇ ਹਾਂ, ਕੱਟੀਆਂ ਹੀ ਆ ਸਾਰੀਆਂ ਦੇ ਮਗਰ, ਠੀਕ ਆ। ਅਤੇ ਹਰਜਿੰਦਰ ਪਾ ਕਿੰਨੇ ਦੀ ਫਿਰ ਇਹ ਸੇਲ ਕਰ ਦੇਣੀ ਵੀਰ? ਜਿੰਨੇ ਦੀ ਵੀਰ ਤੁਸੀਂ ਕਹੋਗੇ ਉਹਨੇ ਵੀ ਦੇ ਦਾਂਗੇ। ਅੱਛਾ ਜੀ, ਇਹ ਭਾਈ 70,000 ਦੀ ਮੈਂ ਦਿੰਦਾ। 70 ਦੀ ਹੁੰਦੀ ਆ ਜੀ? ਹਾਂਜੀ ਠੀਕ ਆ, 4,000 ਵਿੱਚੋਂ ਛੱਡ ਦਾਂਗੇ ਭਾਈ ਸਿੱਧੇ, 66,000 ਦੀ ਦੇ ਦਾਂਗੇ। ਹੋਰ ਦੱਸੋ। ਲਓ ਵੀ ਦੋਸਤੋ 66,000 ਦੀ ਅੱਜ ਦੇ ਟਾਈਮ ਵੇਖ ਲਓ ਤੁਸੀਂ, ਬੇਸ਼ੱਕ ਸਾਰੇ ਬੰਦੇ ਕਹਿੰਦੇ ਮਹਿੰਗਾਈ ਮਹਿੰਗਾਈ ਆ, ਪਰ ਵੀਰਾਂ ਦਾ ਵੀ 66,000 ਦੀ ਆਪਾਂ ਹਾਂ ਨਾ, ਅਤੇ 66,000 ਦੇ ਵਿੱਚੋਂ ਵੀ
ਇਹ ਤਾਂ ਮਾਨਤਾਨ ਹੁੰਦਾ ਹੈ, ਜਿੰਨੀ ਗੁੰਜਾਇਸ਼ ਹੁੰਦੀ ਹੈ 66,000 ਦੇ ਵਿੱਚੋਂ ਵੀ ਜ਼ਰੂਰ ਕਰ ਦੂਗਾ ਭਾਜੀ। ਮਹਿੰਗਾਈ ਇਹੀ ਕਰਨੀ ਹੈ, ਬਿਲਕੁਲ ਜੇ 2,000 ਨਫਾ ਲੈਂਦੇ ਹਾਂ ਉਹਦਾ 5 ਕਰ ਦਾਂਗੇ ਮਹਿੰਗਾਈ ਆਪਣੇ ਆਪ, ਆਪਣੇ ਆਪ ਆ ਜੀ, ਠੀਕ ਹੈ ਨਾ ਭਾਜੀ। ਬਿਲਕੁਲ ਜੀ ਬਿਲਕੁਲ, ਨਹੀਂ ਪਸ਼ੂ ਤਾਂ ਨਾ ਬਿਲਕੁਲ ਹਰ ਕਿਤੇ ਕੋਲ ਬਿਲਕੁਲ ਜਾਇਜ਼ ਚ ਜਾਣਾ ਚਾਹੀਦਾ, ਬਿਲਕੁਲ 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 ਜੀ। ਤੇ ਹਰਜਿੰਦਰ ਭਾਈ ਇਹ ਵੀ ਹੋ ਗਈ ਆ, ਹਾਂਜੀ। ਇਸ ਤੋਂ ਬਾਅਦ ਵੀਰੇ ਇੱਕ ਅਗਲੀ ਜਿਹੜੀ ਆ ਮੱਝ ਦੀ, ਅਗਲੀ ਦੀ ਵੀ ਡਿਟੇਲ ਦੱਸੀਏ ਆਪਾਂ, ਹਾਂਜੀ ਠੀਕ ਆ। ਮੱਝ ਜਿਹੜੀ ਦੋਸਤੋ ਇਹ ਤੁਹਾਨੂੰ ਦਿਖਾਈਏ ਵੀ ਕਮਾਲ ਦੀ ਆ, ਬਾਕੀ ਕਮਾਲ ਦੀ ਉਦੋਂ ਹੋਰ ਵਧੀਆ ਲੱਗੂਗੀ ਜਦੋਂ ਤਸੱਲੀ ਤੁਸੀਂ ਆਪਦੀ ਕਰਕੇ 2 ਟਾਈਮ ਦੀ ਪਾਸ ਕਰ ਲਈ, ਠੀਕ ਆ। ਤੇ ਆਓ ਘਰੇ ਵਿਜਿਟ ਕਰ ਲਿਓ। ਇਸ ਤੋਂ ਬਾਅਦ ਅਗਲੀ ਵੀਰੇ ਇਹ ਮੱਝ ਹੁਣ ਕਿਵੇਂ ਆ ਜੀ? ਹਾਂਜੀ ਭਾਜੀ, ਇਹ ਭਾਜੀ ਛੋਟੀ ਹੈ, ਦੂਜੇ ਸੂਬੇ ਹੀ ਆ। ਅੱਛਾ, ਕੋਈ ਵੀਰ ਆ ਕੇ ਦੰਦ ਪੁੱਟ ਲੈ, ਕੋਈ ਦੰਦ ਭੁਰਿਆ ਹੋਵੇ, ਟੁੱਟਿਆ ਹੋਵੇ, ਆਪਾਂ ਦੇਣਦਾਰ ਹੋਵਾਂਗੇ ਭਾਜੀ। ਠੀਕ ਹੈ ਜੀ, ਵੱਡੇ ਪੱਲੇ ਦੀ ਆ ਪੂਰੀ ਝੋਟੀ ਭਾਜੀ। ਬਿਲਕੁਲ ਬਿਲਕੁਲ, ਆ ਵੇਖ ਲਿਆ ਜੀ, ਆ ਥੱਬਿਆਂ ਥੱਬਿਆਂ ਪਿੱਛੇ ਪੁੱਠਾ ਪੁੱਠਾ ਬਹੁਤ ਚੌੜਾ ਹੈ, ਠੀਕ ਆ। ਤੇ ਵੱਡੇ ਕੱਦਕਾਰ ਦੇ ਵਿੱਚ ਆ ਦੋਸਤੋ, ਬਾਕੀ ਤੁਹਾਨੂੰ ਨੋਰਮਲ ਵੇਖ ਕੇ ਪਤਾ ਲੱਗ ਜੂਗਾ। ਤੇ ਹਵਾਨਾ ਜਿਹੜਾ ਬਿਲਕੁਲ ਇਦਾਂ ਦਾ ਦਿਖਾਉਂਦੀ ਹੈ, ਇਹ ਵੀ ਤੁਸੀਂ ਜ਼ਰੂਰ ਧਿਆਨ 'ਚ ਰੱਖ ਲਿਓ। ਆ ਕਰੋ ਚੈੱਕ, ਥਣ ਥੁਣ ਦੀ ਲੰਬਾਈ ਹੈ ਜਿਹੜੀ ਦੋਸਤੋ, ਬਿਲਕੁਲ ਵਧੀਆ ਚੰਗਾ ਮੁੱਠੀ ਵਾਲਾ ਥਾਣਾ। ਤੇ ਚਵਾਈ ਸੋਹਣੀ ਕਰਾਉਂਦੀ ਹੋਵੇਗੀ, ਤੇ ਚਵਾਈ ਵੀਰੇ ਨੂੰ ਕਿੱਦਾਂ ਦੀ ਹੁਣ? ਮੈਂ ਕਿਹਾ ਓਕੇ ਭਾਜੀ, ਰਿਪੋਰਟਾਂ ਪੂਰੀ ਹੋ ਗਈ ਚਵਾਈ, ਠੀਕ ਆ। ਹਾਂਜੀ, ਤੇ ਸੂਆ ਦੂਜਾ ਦੱਸਤਾ ਜੀ? ਦੂਜਾ ਸੂਆ, ਮਗਰ ਕੱਟੀ ਆ ਗਈ, ਇਹਦੇ ਵਿੱਚ ਵੀ ਭਾਜੀ ਕੱਟੀ ਆ। ਤੇ ਕਿੰਨੇ ਕੁ ਦਿਨ ਹੋ ਗਏ ਇਹਨੂੰ ਤਕਰੀਬਨ? 15 ਦਿਨ ਹੋ ਗਏ, 15 ਤੋਂ ਵੱਧ ਵੀ ਹੋ ਸਕਦੇ। 15 ਤੋਂ ਦੋਸਤੋ ਵੀਰਾਂ ਦਾ ਭਾਵੇਂ 2-4 ਦਿਨ ਵੱਧ ਹੀ ਮੰਨ ਲਿਆ ਕਰੋ, ਕਿਉਂਕਿ ਇੱਕ ਕਹਿ ਦੇਣਾ ਤੁਸੀਂ ਆਪਦੀ ਆਪਦੀ ਨਿਰਖ ਪਰਖਾ ਦੇ ਘਰੇ ਕਰ ਲਿਆ ਕਰੋ ਅੱਗੇ। ਬਿਲਕੁਲ ਭਾਜੀ, ਅਸੀਂ ਵੀ ਮੋਰੇ ਲੈ ਕੇ ਆਉਂਦੇ ਹਾਂ, ਜਿੱਦਾਂ ਘਰ ਵਾਲੇ ਕਹਿੰਦੇ ਉਦਾਂ ਅਸੀਂ ਕਹਿ ਦੀਦਾ। ਬਿਲਕੁਲ ਜੀ, ਹਾਂਜੀ ਹਾਂਜੀ। ਤੇ ਹੁਣ ਕਿੰਨਾ ਵੀਰੇ ਚਾਉਂਦੀ ਪਈ ਦੁੱਧ? ਇਹ ਭਾਜੀ ਇਹਦੇ ਕੋਲ ਇਸ ਟਾਈਮ 8 ਲੀਟਰ ਦੁੱਧ ਹੈਗਾ ਭਾਜੀ। 8 ਲੀਟਰ ਜੀ? ਹਾਂਜੀ ਹਾਂਜੀ, ਦੋਨੋਂ ਟਾਈਮਾਂ ਦਾ। ਹਾਂਜੀ, ਪੱਕਾ ਦੁੱਧ ਜਿਹੜਾ 8 ਲੀਟਰ ਆ। ਠੀਕ ਹੈ ਭਾਜੀ, ਪਨੂਨ ਕੱਟੀ ਆਪਣੇ ਕੋਲ ਹੀ ਗਈ ਸੀ। ਅੱਛਾ, 1,07,000 ਦੀ ਕੱਟੀ ਦਿੱਤੀ ਸੀ। ਅੱਛਾ ਜੀ ਭਾਜੀ, ਸਾਂਭੀ ਨਹੀਂ ਗਈ ਹੈਗੀ, ਜੱਡਾ ਕੱਦ ਵਜਣਾ। ਮੈਂ ਜਿੱਡੀ, ਮੈਨੂੰ ਤਾਂ ਰਾਜੀ ਹੁੰਦੀ ਤੇ ਇਹਨੇ ਇੰਨੀ ਡਬਲ ਹੋਣਾ ਸੀਗਾ ਭਾਜੀ, ਰਾਜੀ ਹੁੰਦੀ ਫਿਰ ਇਹਦੇ। ਹਾਂਜੀ, ਤੁਹਾਨੂੰ ਪਤਾ ਹੀ ਹੈ ਕਿੰਨੇ। ਆ ਵੇਖੋ ਦੋਸਤੋ, ਦੂਰੋਂ ਵੀ ਤੁਹਾਨੂੰ ਵਿਖਾ ਦਾਂ ਤੇ ਬਿਲਕੁਲ ਜਿਹੜੀ ਆ ਕੱਦ ਕੱਢ ਹੈਗੀ ਆ, ਬਿਲਕੁਲ ਕੱਦ ਕੱਢਦੀ ਪਈ ਆ ਦੂਜੀਆਂ ਮੱਝਾਂ ਨਾਲੋਂ, ਠੀਕ ਆ। ਤੇ ਬਾਕੀ ਫੇਸ ਦੀ ਕੁਆਲਿਟੀ ਆਪਾਂ ਤੁਹਾਨੂੰ ਖੁੱਲੇ ਆਮ 'ਚ ਬਾਹਰ ਤੋਰ ਕੇ ਫਿਰ ਦਿਖਾਵਾਂਗੇ, ਤੇ ਬਾਕੀ ਬੇਸ਼ੱਕ ਤੁਸੀਂ ਦੇਖ ਸਕਦੇ ਹੋ, ਠੀਕ ਆ। ਬਿਲਕੁਲ ਪਤਲੀ ਚਮੜੀ ਆ, ਬਿਲਕੁਲ ਪਤਲੀ ਚਮੜੀ ਆ, ਬਿਲਕੁਲ ਕਾਗਜ਼ ਵਾਂਗੂ ਆਪਾਂ ਕਹਿ ਲਈਏ ਵੀ, ਗੰਢੇ ਦੇ ਛਿਲਕ ਜਿਹਾ ਜਿਹੜਾ। ਇਹ ਭਾਜੀ ਹੁਣ ਸਾਂਭੀ ਨਹੀਂ ਗਈ ਹੈਗੀ, ਮੈਂ ਭਾਜੀ ਪਲੂਨ ਝੋਟੀ ਕੋਲ 14 ਕਿਲੋ ਦੁੱਧ ਚਵਾ ਕੇ ਦਿੱਤਾ ਸੀਗਾ। ਠੀਕ ਹੈ ਜੀ, ਐਡੀ ਝੋਟੀ ਨੂੰ ਭਾਜੀ ਇੰਨਾ ਦੁੱਧ ਕੀ ਕਹਿੰਦਾ? ਬਿਲਕੁਲ, ਪਰ ਜਦੋਂ ਭਾਜੀ ਫਿਰ ਕਹਿੰਦੇ ਜਾ ਕੇ ਸਾਂਭਣਾ ਹੀ ਨੀ, ਕੋਈ ਉੱਤੇ ਸਾਈ ਨੀ ਗਾ ਹੈਗਾ, ਤਾਂ ਫਿਰ ਵਿਚਾਰੀ ਨੇ ਕੀ? ਨਹੀਂ ਫਿਰ ਵੇਖੋ ਜੀ, ਇਹ ਚੀਜ਼ਾਂ ਸਾਂਭ ਸੰਭਾਲਣਾ ਹੀ ਬਣਦੀਆਂ। ਆਹ ਵੇਖੋ ਜੀ, ਆਹ ਦੋਸਤੋ ਕਰੋ ਚੈੱਕ, ਠੀਕ ਆ। ਆਹ ਵੇਖੋ ਥਣ ਥੁਣ ਦੀ ਕੁਆਲਿਟੀ, ਤੇ ਹਰਜਿੰਦਰ ਬਰਾਬਰ ਚੰਗਾ ਇਹਦਾ। ਮੈਂ ਕਿਹਾ ਭਾਜੀ ਓਕੇ, ਆਪਾਂ ਬੱਚਾ ਲਾ ਕੇ ਦਿਖਾ ਦੂੰਗੇ। ਹਾਂ ਜ਼ਰੂਰ, ਪਹਿਲਾਂ ਨੂੰ ਪਹਿਲਾਂ ਬੱਚਾ ਲਾ ਲਓ, ਉਸ ਤੋਂ ਬਾਅਦ ਤੋਰ ਦਾਂਗੇ ਜੀ। ਬਿਲਕੁਲ ਜੀ, ਬਾਕੀ ਧਾਰ ਧੂਰ ਮਾਰ ਕੇ ਆਪਾਂ ਦੋਸਤੋ ਇਸ ਮੱਝ ਦੀ ਵੀ ਦਿਖਾ ਦਿੰਦੇ ਹਾਂ, ਠੀਕ ਆ। ਬਾਕੀ ਕਰਮਾ ਲਈ ਜਿੱਡਾ ਲੇਵਾ ਲਈ ਫਿਰਦੀ ਆ, ਬਾਕੀ ਦੁੱਧ ਵੀਰਾਂ ਦਾ ਵੀ ਸਾਂਭ ਸੰਭਾਲ ਕਰੋ, ਦੁੱਧ ਕਰ ਦੇ ਦੁੱਧੋ ਵਧਣਾ ਹਲੇ। ਤੇ ਆਈਆਂ ਆਪਣੇ ਕੋਲੋਂ ਅੱਜ ਭਲਕੀ ਸਾਰਾ ਹੀ ਮਾਲ ਕੱਲ ਆਇਆ ਭਾਜੀ, ਕੱਲ ਹੀ ਆਇਆ? ਹਾਂਜੀ ਹਾਂਜੀ, ਠੀਕ ਹੈ ਜੀ। ਇਹਨੇ ਦੁੱਧੋ ਵਧਣਾ ਭਾਜੀ, ਜਿੱਡਾ ਕੱਦ ਕੱਠ 10-11 ਕਿਲੋ ਤੋਂ ਨੋਰਮਲ ਕਰਨਾ ਚਾਹੀਦਾ। ਬਿਲਕੁਲ, ਆ ਬੱਚਾ ਜਿਹੜਾ ਦੋਸਤੋ ਕੱਟੀ ਆ, ਕੱਟੀ ਛੱਡ ਦਿੱਤੀ ਆ, ਕੱਟੀ ਬਿਲਕੁਲ ਜਿਹੜੀ ਚੁੰਘਦੀ ਪਈ ਆ, ਠੀਕ ਆ। ਅਤੇ ਪਸਮਣ ਤੋਂ ਬਾਅਦ ਆਪਾਂ ਬੇਸ਼ੱਕ ਤੁਹਾਨੂੰ ਧਾਰਾਂ ਮਾਰ ਕੇ ਚੈੱਕ ਕਰਵਾ ਦਿੰਦੇ ਹਾਂ। ਜਿਹੜੇ ਦੋਸਤੋ ਖਾਸ ਤੌਰ 'ਤੇ ਵੀਰ ਬਿਜੀ ਨੇ, ਉਹਨਾਂ ਦਾ ਮੈਂ ਕਹਿੰਦਾ ਨਹੀਂ ਵੀ ਯਾਰ ਤੁਸੀਂ ਔਨਲਾਈਨ ਕਰੋ, ਪਰ ਉਹਨਾਂ ਦਾ ਜੇਕਰ ਮਾਣ ਹੋਏਗਾ ਅਤੇ ਵੀਰ ਦੀ ਗਰੰਟੀ ਆ ਤੁਹਾਡਾ ਮਾਣ, ਫਿਰ ਸੌਦਾ ਕਰਿਓ ਤੁਸੀਂ ਔਨਲਾਈਨ, ਨਹੀਂ ਤਾਂ ਮੇਰੀ ਰਿਕੁਐਸਟ ਵਾਰ ਵਾਰ ਆ ਤੁਸੀਂ ਬਿਲਕੁਲ ਬਿਲਕੁਲ ਚਵਾਈ ਇੱਥੇ ਕਰੋ ਦੋਸਤੋ, ਕੋਈ ਝਿੜਕ ਨਹੀਂ, ਕੋਈ ਬੇਸ਼ੱਕ ਰੋਟੀ ਪਾਣੀ ਚਾਹ ਪਾਣੀ ਜੇਕਰ ਕੋਈ ਵੀਰ ਬਿਲਕੁਲ। ਬਾਈ ਹਰਜਿੰਦਰ, ਮੈਂ ਹਮੇਸ਼ਾ ਕਿਹਾ ਮੈਂ ਕਿਹਾ ਵੀ ਜੇਕਰ ਕੋਈ ਮਾਲਕ ਨਹੀਂ ਚਵਾਈ ਕਰਾਉਣ ਦਿੰਦਾ, ਵੀ ਕਾਲਾ ਪੈਂਦਾ ਜਾਂ ਚਵਾਈ ਨਹੀਂ ਕਰਾਉਂਦਾ, ਵੀ ਨਹੀਂ ਮੈਂ ਨਹੀਂ ਚਵਾਈ ਕਰਾ ਸਕਦਾ, ਵੀ ਲੈ ਜਾਓ ਹਨਾ, ਵੀ ਡਿਫੈਕਟ ਵਾਲੀ ਚੀਜ਼ ਆ, ਪਰ ਬਈ ਉਹ ਮਨਜ਼ੂਰ ਨਹੀਂ ਹੈਗੀ ਗੱਲ। ਬਿਲਕੁਲ ਭਾਜੀ ਬਿਲਕੁਲ, ਅਸੀਂ ਪੈਸੇ ਲਾ ਕੇ ਆਈ ਚਾਹੀਦੀ ਆ ਤਸੱਲੀ ਕਰੀ। ਆਹ ਲਓ ਜੀ,
ਆ ਜੋ ਦਿਖਾਉਣੇ ਆਪਾਂ ਤੁਹਾਨੂੰ ਲੱਗਾ ਪਿਆ ਸਾਂਭੀ ਨੀ ਕਿਸੇ ਨੇ ਆ ਕਰੋ ਚੈੱਕ ਜੀ ਆ ਥਣ ਜੀ ਆ ਅਗਲੇ ਥਣਾਂ ਦਾ ਚਵਾ ਦੇਖ ਲਓ ਜੀ ਠੀਕ ਹੈ ਜੀ ਠੀਕ ਹੈ ਮਗਰਲੇ ਥਣਾਂ ਦੀ ਕਰ ਲਓ ਜੀ ਚਵਾਈ ਲੱਗੀ ਹੈ ਦੋਸਤੋ ਠੀਕ ਆ ਦਸ ਦਸ ਪੰਦਰਾਂ ਪੰਦਰਾਂ ਧਾਰਾਂ ਮਾਰ ਕੇ ਆਪਾਂ ਦਿਖਾ ਦਿੰਦੇ ਹਾਂ ਆਹ ਚਵਾਈ ਲੱਗੀ ਹੈ ਠੀਕ ਆ ਅਤੇ ਆਹ ਜਿਹੜਾ ਥਣ ਤੁਸੀਂ ਵੇਖੋ ਹੁਣ ਬਹਿਣੀ ਵਾਲੇ ਪਾਸੇ ਠੀਕ ਆ ਜੀ ਆਹ ਥਣ ਦੀ ਕੁਆਲਿਟੀ ਹੈ ਬਾਕੀ ਖੋਲ੍ਹ ਕੇ ਤੋੜ ਕੇ ਦਿਖਾਉਂਦੇ ਹਾਂ ਆਹ ਕਰੋ ਚੈੱਕ ਜੀ ਕੱਦ ਕਾਠ ਜਿਹੜਾ ਦੋਸਤੋ ਵੱਡਾ ਪਰ ਸੇਵਾ ਖੁਣੋ ਜਿਹੜੀ ਆ ਇਹ ਝੋਟੀ ਰਹਿ ਗਈ ਆ ਤਕਰੀਬਨ ਅੱਗੇ ਕਿਸੇ ਨੇ ਸਾਂਭ ਸੰਭਾਲ ਪ੍ਰੋਪਰ ਨਹੀਂ ਕੀਤੀ ਗੀ ਜੇ ਕਰ ਲੂਗਾ ਕੋਈ ਵੀਰ ਤਾਂ 10 ਲੀਟਰ ਤੋਂ ਉੱਤੇ ਵੀ ਟਪਾ ਸਕਦੇ ਕਿਉਂਕਿ ਪਤਾ ਨਹੀਂ ਕਿਸੇ ਨਸਲ ਬਸਲ ਦਾ ਪਤਾ ਨਹੀਂ ਹੁੰਦਾ ਵੀ ਕਿੰਨੀ ਕੁ ਦੁੱਧ ਚਵਾ ਦੇ ਠੀਕ ਆ ਜੀ ਰੇਟ ਵੀ ਬਾਈ ਹਰਜਿੰਦਰ ਲੋਟਰੀ ਪਾਉਣ ਵਾਲਾ ਹੈ ਕਿ ਲੋਟਰੀ ਨਿਕਲਣ ਵਾਲਾ ਇਹਦਾ ਨਹੀਂ ਬਿਲਕੁਲ ਜਾਇਜ਼ ਕਰਨਾ ਜਾਇਜ਼ ਕਰਨਾ ਜੀ ਆਹ ਕਰੋ ਚੈੱਕ ਜੀ ਬਿਲਕੁਲ ਬਿਲਕੁਲ ਬੱਚਾ ਵੀ ਤਾਜ਼ਾ ਦੋਸਤੋ ਜਿਹੜਾ ਵੀ ਕਹਿੰਦੇ 12 ਦਾ 15 ਦਾ ਮੰਨ ਲਿਆ ਕਰੋ 15 ਦਾ 18 ਦਾ ਮੰਨ ਲਿਆ ਕਰੋ ਕੋਈ ਜ਼ਿਆਦਾ ਨਹੀਂ ਹੈਗਾ ਇੰਨਾ ਕਿ ਕੁਝ ਦਿਨਾਂ ਦੇ ਵਿੱਚ ਫਰਕ ਹੋਊਗਾ ਬਾਕੀ ਜ਼ਰੂਰ ਤੁਸੀਂ ਨੋਟ ਕਰ ਲਿਓ ਹਰਜਿੰਦਰ ਕਿੰਨੇ ਦੀ ਵੀਰ ਦੇ ਦੇਣੀ ਹੈ ਇਹ ਭਾਈ ਆਪਾਂ 60,000 ਦੀ ਮੈਂ ਦੇ 60,000 ਦੀ ਹਾਂਜੀ ਠੀਕ ਆ ਜੀ 5,000 ਹੀ ਡਾ ਦਾਂਗੇ ਸਿੱਧਾ ਭਾਈ ਅੱਛਾ 60,000 ਦੇ ਵਿੱਚੋਂ ਜੀ 5,000 ਡਾ ਦਾਂਗੇ ਲਓ ਜੀ ਦੋਸਤੋ ਕਰ ਲਓ ਗੱਲ ਠੀਕ ਆ ਹਾਂਜੀ ਆ ਬਹੁਤੇ ਵੀਰ ਕਹਿੰਦੇ ਬਈ ਹਰਜਿੰਦਰ ਪਸ਼ੂ ਲਿਆਉਂਦਾ ਹੈ ਤੇ ਯਾਰ ਐਂ ਹੋ ਗਿਆ ਜਿਉਂ ਗਿਆ ਤੇ ਪਸ਼ੂ ਵੀ ਮੈਨੂੰ ਲੱਗਦਾ ਵੀ ਥੋੜੇ ਜਿਹੇ ਰੇਟ ਭਾਅ ਵਿੱਚ ਮਿਲ ਜਾਣਗੇ ਇੱਥੋਂ ਤੁਹਾਨੂੰ ਪਰ ਫਰਕ ਆਉਂਦਾ ਤੁਹਾਡੀ ਤਸੱਲੀ ਤੇ ਤਸੱਲੀ ਮੈਂ ਵਾਰ-ਵਾਰ ਕਹਿੰਦਾ ਤਸੱਲੀ ਕਰੋ ਮੇਰਾ ਵੀਰ ਸੇਵਾ ਦਿਖਾਓ ਭਾਜੀ ਮੈਨੂੰ ਕਿਦਾਂ ਦਾ ਲੱਗਾ ਜੇ ਤਸੱਲੀ 'ਚ ਕੋਈ ਡਿਫੈਕਟ ਨਿਕਲਦਾ ਇਹਦੇ ਨਾਲ ਗੱਲ ਕਰਨ ਤੋਂ ਪਹਿਲਾਂ ਮੇਰੇ ਨਾਲ ਕਰ ਲਓ ਵੀ ਬਾਈ ਤਸੱਲੀ 'ਚ ਕੋਈ ਡਿਫੈਕਟ ਨਿਕਲਿਆ ਤੇ ਅਸੀਂ ਨਹੀਂ ਖਰੀਦਣੀ ਕੀ ਜਾਂ ਕੁਛ ਵੀ ਲਾ ਲਓ ਸਮਥਿੰਗ ਦਿਖਾਓ ਭਾਜੀ ਮੈਂ ਠੀਕ ਮਿਲਕਵੇਨ ਦਿਖਾਓ ਕਿੱਦਾਂ ਲੱਗੀ ਭਾਈ ਆਹ ਕਰੋ ਚੈੱਕ ਜੀ ਬਿਲਕੁਲ ਮੋਟੇ ਰੱਸੇ ਵਾਂਗੂ ਜਿਹੜੀ ਮਿਲਕਵੇਨ ਉਭਰੀ ਹੋਈ ਨਜ਼ਰ ਆ ਜਾਏਗੀ ਤੁਹਾਨੂੰ ਤੇ ਬਿਲਕੁਲ ਜਿਹੜੀ ਆ ਦੋਸਤੋ 60,000 ਡਿਮਾਂਡ ਆ ਦੇ ਵਿੱਚੋਂ ਵੀਰਾਂ ਦਾ 5,000 ਹੀ ਡਾ ਦਾਂਗੇ 55 ਦੀ ਆ ਉਹ ਚ ਵੀ ਛੋੜ ਕਰ ਦਾਂਗੇ ਤੇ 55 ਚ ਵੀ ਛੋੜ ਆ ਠੀਕ ਆ ਜੀ ਹਾਂਜੀ ਹਾਂਜੀ ਤੇ ਬਹੁਤ ਵਧੀਆ ਗੱਲ ਆ ਵੀਰ ਤੇ ਇਸ ਤੋਂ ਬਾਅਦ ਅਗਲੀ ਮਾਹ ਜਿਹੜੀ ਝੋਟੀ ਆ ਦੋਸਤੋ ਉਹ ਵੀ ਤੁਹਾਨੂੰ ਦਿਖਾਉਣੀ ਆ ਇਹ ਵੀਰ ਗੱਬਣ ਨਹੀਂ ਨਹੀਂ ਭਾਜੀ ਇਹ ਸੂਈ ਆ ਝੋਟੀ ਭਾਜੀ ਆ ਸੂਈ ਆ ਦੂਜੇ ਸੂਏ ਸੂਈ ਆ ਅੱਛਾ ਹਾਂਜੀ ਭਾਜੀ ਮਾਲ ਪਾਇਆ ਸੀ ਜ਼ਿਆਦਾ ਗੱਡੀ ਦੇ ਵਿੱਚ ਤੇ ਇਹਦੇ ਨੂੰ ਝੋਟੀ ਦਾ ਬੱਚਾ ਥੋੜਾ ਕਮਜ਼ੋਰ ਸੀ ਉੱਤੇ ਪੈਰ ਰੱਖਿਆ ਗਿਆ ਮਰ ਗਿਆ ਬੱਚਾ ਭਾਜੀ ਬੱਚਾ ਮਰਨ ਨੂੰ ਕਿੰਨਾ ਕੁ ਟਾਈਮ ਹਾਂਜੀ ਇਹਨੂੰ ਭਾਜੀ ਕੋਈ ਜਿੰਨੇ ਮਰਜ਼ੀ ਲਾ ਲੇ ਸਾਡੇ ਦੇ ਕਿਸੇ ਨੇ ਯਕੀਨ ਨਹੀਂ ਕਰਨਾ ਪਰ ਜਿਹੜਾ ਸਹੀ ਆ ਝੋਟੀ ਨੂੰ 15 ਕੁ ਦਿਨ ਹੀ ਹੋਏ ਆ ਸੂਈ ਨੂੰ ਤੇ ਦੁੱਧ ਹੁਣ ਫਿਰ ਪਤਾ ਲੱਗ ਜੂ ਦੁੱਧ ਕਿੰਨਾ ਕੁ ਮੈਂ ਕਿਹਾ ਭਾਜੀ ਦੁੱਧ ਵਾਲੇ ਦਾ ਛੱਡ ਹੀ ਦਿਓ ਗੱਲਾਂ ਭਾਜੀ ਕਿੰਨਾ ਕੁ ਚਵਾ ਰਹੀ ਝੋਟੀ ਕੋਲ ਇਸ ਟਾਈਮ 11 ਲੀਟਰ ਦੁੱਧ ਆ ਭਾਜੀ ਡੱਬੇ ਮਾਰਨਾ ਕੋਈ ਵੀ ਵੀਰ 10 ਲੀਟਰ ਦਾ ਸੌਦਾ ਕਰੇ ਮੇਰੇ ਨਾਲ ਠੀਕ ਆ ਆਪਾਂ ਵੀਡੀਓ ਦੇ ਵਿੱਚ ਹੀ ਦਿਖਾ ਦੇਣਾ ਭਾਜੀ ਪਾੜਾ ਸਿੱਟ ਕੇ ਉਸੇ ਟਾਈਮ ਝੋਟੀ ਆ ਜਾਂਦੀ ਆ ਠੀਕ ਆ ਜੀ ਹਾਂਜੀ ਆਹ ਲਓ ਦੋਸਤੋ ਕਰੋ ਚੈੱਕ ਆਹ ਫੇਸ ਦੀ ਕੁਆਲਿਟੀ ਤੋਂ ਜੀ ਠੀਕ ਆ ਤੇ ਬਿਲਕੁਲ ਪਤਲੀ ਚਮ ਵੇਖੀਏ ਤੇ ਬਿਲਕੁਲ ਜਿਹੜਾ ਪਤਲੀ ਚਮੜੀ ਆ ਤੇ ਥਣ ਥੁਣ ਜਿਹੜਾ ਤੁਸੀਂ ਜ਼ਰੂਰ ਨੋਟ ਕਰ ਲਓ ਐਵੇਂ ਦੀ ਲੰਬਾਈ ਆ ਥਣ ਦੀ ਅਤੇ ਹਵਾਨਾ ਵੀ ਚੰਗਾ ਸੋਹਣਾ ਦਿਖਾਉਂਦੀ ਹੈ ਵੈਸੇ ਤਾਂ ਬਾਕੀ ਸਮੇਂ ਦੇ ਹਿਸਾਬ ਨਾਲ ਜਦੋਂ ਬਣਦੀ ਥਣ ਜਾਊਗੀ ਸ਼ਾਮ ਨੂੰ ਉਦੋਂ ਥੋੜ੍ਹੀ ਵਧੇਰੇ ਸਮਝ ਆ ਜਾਊਗੀ ਹਾਂਜੀ ਹਾਂਜੀ ਭਾਅ ਜੀ ਅਤੇ
ਵੀਰਾਂ ਤਾਂ ਵੀ 11 ਲੀਟਰ ਹੋਵੇਗਾ ਇਹਦੇ ਥੱਲੇ, ਪਰ 10 ਕੋਈ ਵੀਰ ਵੀ ਚਵਾਈ ਦੋ ਟਾਈਮ ਕਰ ਲਿਓ ਟਾਈਮ ਟੂ ਟਾਈਮ ਬੰਨ ਕੇ। ਭਾਜੀ ਦੁੱਧ ਜ਼ਿਆਦਾ ਸੀਗਾ ਮੈਂ ਕਿਹਾ ਚੋਟੀ ਕੋਲੋਂ, ਹਾਂਜੀ ਭਾਜੀ 12 ਲੀਟਰ ਤੋਂ ਵੀ ਬਾਹਰ ਸੀਗਾ। ਅੱਛਾ ਜੀ, ਬੱਚਾ ਮਰਨਾ ਪਰ ਆਪਣੇ ਘਰ ਕਰਮ ਵਾਲੀ ਹੈ, ਇੱਕ ਦਿਨ ਵੀ ਜਿਹਨੂੰ ਕਹਿੰਦੇ ਨਾ, ਹਾਂਜੀ ਇੱਕ ਦਿਨ ਵੀ ਨਹੀਂ ਲੱਤ ਪੁੱਟੀ ਹੈਗੀ। ਤੇ ਵੀਰੋ ਦਿਖਾਈਏ ਇਹਨੂੰ। ਇਹ ਭਾਜੀ ਇੱਕ ਨਾਲੇ ਮੈਂ ਤਾਂ ਦੱਸਣਾ, ਇਹਦਾ ਨਾ ਉੱਲਾ ਜਿਹੜਾ ਬਹਿਣੀ ਵਾਲੇ ਪਾਸੇ ਦਾ ਥਾਣਾ, ਹਾਂਜੀ ਭਾਜੀ ਥੋੜਾ ਛੱਟਾ ਮਾਰਦਾ ਆਪਾਂ ਦਿਖਾ ਦਾਂਗੇ ਵੀਡੀਓ ਵਿੱਚ। ਭੂਰ ਛੱਟਾ ਭਰਾ ਹਾਂਜੀ ਹਾਂਜੀ ਜ਼ਰੂਰ ਇੱਕ ਨੂੰ ਤੋੜ ਦਈਏ ਇਹਨੂੰ ਬੇਸ਼ੱਕ। ਬਿਲਕੁਲ ਜੀ। ਅਗਲਾ ਜਿਹੜਾ ਬਹਿਣੀ ਵਾਲਾ ਅਗਲਾ ਥਾਣਾ ਦੋਸਤੋ, ਉਹ ਵੀਰਾਂ ਦਾ ਵਿਚੋੜਾ ਬਹਿਣੀ ਵਾਲਾ ਪਿਛਲਾ ਥਾਣਾ, ਪਿਛਲਾ ਥਾਣਾ ਹਾਂਜੀ, ਬਹਿਣੀ ਵਾਲਾ ਜਿਹੜਾ ਪਿਛਲਾ ਥਾਣਾ ਦੋਸਤੋ, ਮਗਰਲਾ ਥਾਣਾ, ਉਹਦੇ ਚ ਭੂਰ ਛੱਟਾ ਜਾਂ ਫੁਹਾਰਾ ਆਪਾਂ ਕਹਿ ਦਿੰਦੇ ਹਾਂ, ਉਹ ਆਉਂਦਾ ਮਾਰਦੀ ਹੈ, ਠੀਕ ਹੈ। ਨੋਰਮਲ ਜਿਹਾ ਵੀਰਾਂ ਦਾ ਵੀ ਉਹ ਬਾਲਟੀ ਚ ਵੱਜਦਾ, ਇਹ ਤੁਸੀਂ ਜ਼ਰੂਰ ਗੌਰ ਕਰ ਲਿਓ, ਧਿਆਨ ਚ ਰੱਖ ਲਿਓ। ਆ ਕਰੋ ਚੈੱਕ ਜੀ, ਠੀਕ ਆ, ਚਾਲ ਰੰਗ ਢੰਗ ਚੰਗਾ ਝੋਟੀ ਦਾ, ਅਤੇ ਬਾਕੀ ਥਾਣਾ ਵੱਲੋਂ ਹਰ ਪਾਸਿਓਂ ਜਿੰਨੀ ਵੀ ਹੈਗੀ ਹੈ ਵੀਰ ਨੇ ਦੱਸ ਦਿੱਤੀ ਆ, ਬਾਕੀ ਤਸੱਲੀ ਤੁਸੀਂ ਕਰ ਲੈਣੀ। ਠੀਕ ਆ, ਅਤੇ ਹਰਜਿੰਦਰ ਵੀਰ ਇੱਕ ਤਾਂ ਲੈ ਦੇ ਦੱਸ ਦਿਓ, ਉਸ ਤੋਂ ਬਾਅਦ ਬੇਸ਼ੱਕ ਇਹਨੂੰ ਚੈੱਕ ਕਰਾ ਦਈਏ। ਇਹ ਭਾਜੀ ਜੇ ਇਹਦਾ ਬੱਚਾ ਹੁੰਦਾ, ਹਾਂਜੀ, ਫਿਰ ਤਾਂ ਮੈਂ ਭਾਜੀ 70,000 ਦੀ ਝੋਟੀ ਵੇਚਣੀ ਸੀ। ਅੱਛਾ ਜੀ, ਮਹਿੰਗਾਈ ਦੇ ਹਿਸਾਬ ਨਾਲ ਵਿਕਣੀ ਵੀ ਸੀ ਜਿੰਨਾ ਦੁੱਧ ਸੀਗਾ, ਹੁਣ ਸਿਰਫ ਝੋਟੀ ਦਾਂਗੇ 55,000 ਦੀ। 55 ਦੀ ਹੋ ਗਈ ਜੀ, ਉਹ 'ਚ ਵੀ ਸਿੱਧਾ 5,000 ਡਾਲਾਂਗੇ, 50,000 ਦੀ ਦੇ ਦਾਂਗੇ। ਅੱਛਾ, 50,000 ਦੀ, 50,000 ਦੀ ਭਾਜੀ ਦੇਖ ਲਓ, ਐਡੀ ਝੋਟੀ ਆਉਂਦੀ ਸੀ, ਬਾਹਰ ਕਹਿੰਦੇ ਵੀ ਰੇਟ ਵੱਧ ਗਿਆ, ਰੇਟ ਵੱਧ ਗਿਆ, ਦੇਖ ਲਓ ਸਾਡੇ ਕਿੱਲੇ ਦੇ ਨਹੀਂ ਕਦੀ ਵੀ ਰੇਟ ਵਾਹਿਗੁਰੂ ਦੀ ਕਿਰਪਾਣਾ ਵਧਿਆ। ਆਹ ਕਰੋ ਚੈੱਕ ਦੋਸਤੋ, ਠੀਕ ਆ, ਰੇਟ ਵੀ ਵੀਰਾਂ ਦਾ ਵੀ ਬਿਲਕੁਲ ਜਾਇਜ਼ ਜਿਹਾ, ਬਾਕੀ ਤਸੱਲੀ ਜਿਹੜੀ ਆ ਉਹ ਵੀ ਤੁਸੀਂ ਕਰ ਲਿਓ, ਠੀਕ ਆ, ਜਾਇਜ਼ ਤਰੀਕੇ ਨਾਲ ਤਸੱਲੀ ਕਰ ਲਿਓ, ਮੇਰਾ ਵੀਰ ਬੇਸ਼ੱਕ ਘਰੇ ਵਿਜਿਟ ਕਰਕੇ, ਅਤੇ ਆ ਜਾਓ ਆਪਾਂ ਤਾਰਾ ਮਾਰ ਕੇ ਦਿਖਾ ਦਿੰਦੇ ਨਾਲੇ ਤੁਹਾਨੂੰ, ਆਉਣਾ ਬਸ ਇਸੇ ਤਰੀਕੇ ਨਾਲ, ਅਤੇ ਬਿਲਕੁਲ ਥਾਪੀ ਅਤੇ ਬਿਲਕੁਲ ਵੰਡ 'ਤੇ ਰੱਖ ਲੈਣਗੇ ਵੀ ਚਾਰ 'ਤੇ ਇਹਨੇ ਮਿਲ ਪੈਣਾ ਇਤਨੇ। ਬਾਕੀ ਦੋਸਤੋ, ਜਿੰਨਾ ਕੁ ਮੇਰਾ ਫਰਜ਼ ਆ, ਜਿੰਨਾ ਕੁ ਭਾਈ ਹਰਜਿੰਦਰ ਦਾ, ਚਾਹੇ ਜਿੰਨੇ ਕੁ ਅੱਗੇ ਵਪਾਰੀਆਂ ਦਾ ਫਰਜ਼ ਬਣਦਾ, ਵੀ ਹਰ ਇੱਕ ਨੂੰ ਅਪੀਲ ਹੈ ਵੀ ਜਿੰਨੀ ਤਸੱਲੀ ਹੋਊ ਜ਼ਰੂਰ ਤਸੱਲੀ ਕਰਾ ਕੇ ਚੀਜ਼ ਵੇਚੀ ਜਾਊਗੀ, ਬਾਕੀ ਆਪਦੀ ਤੁਸੀਂ ਤਸੱਲੀ ਕਰਨੀ, ਪੈਸੇ ਖਰਚ ਕਰਨੇ, ਪੰਡਾਂ ਦੀਆਂ ਪੰਡਾਂ ਆਪ ਵੀ ਜ਼ਰੂਰ ਕਰ ਵੀ ਦੇਖਦੇ ਹਾਂ। ਬੱਚੇ ਨੂੰ ਵੀ ਪਹਿਲਾਂ ਆਉਂਦੀ ਆ, ਦੇਖਦੇ ਰਹੋ। ਅੱਛਾ ਜੀ, ਹਾਂਜੀ, ਬਿਲਕੁਲ ਜੀ। ਬਾਕੀ ਪਸਮਾ ਜਿਹੜਾ ਦੋਸਤੋ, ਇਸ ਤਰ੍ਹਾਂ ਹੀ ਬਿਲਕੁਲ ਕੋਈ 2-3 ਮਿੰਟਾਂ ਦੀ ਖੇਡ ਆ, ਇਸੇ ਤਰ੍ਹਾਂ ਵੀਰਾਂ ਦਾ ਵੀ ਐਂ ਹੋ ਜਾਂਦਾ, ਬੱਚੇ ਤੋਂ ਵੀ ਪਹਿਲਾਂ ਹੀ ਆ ਜਾਂਦੀ ਹੈ। ਹਾਂਜੀ ਭਾਈ, ਬੂਸ਼ੀ ਵੀ ਇਹਦੀ ਬਣਾਈ ਸੀ ਪਰ ਲੋੜ ਹੀ ਨਹੀਂ ਪਈ ਬੂਸ਼ੀ ਦੀ। ਠੀਕ ਆ, ਆਪਣੇ ਆਪ ਹੀ ਚਾੜ ਤੇ ਆ ਗਈ। ਬਿਲਕੁਲ ਬਿਲਕੁਲ ਭਾਜੀ, ਬਿਲਕੁਲ ਪੰਡਾ ਤੇ ਭਾਜੀ ਪਾਉਣਾ ਹੀ ਹੁੰਦਾ। ਬਾਕੀ ਪਸਮਾ ਤੋਂ ਬਾਅਦ ਜਿਹੜਾ ਦੋਸਤੋ ਥਣਾਂ ਦੀ ਲੰਬਾਈ ਆ, ਉਹ ਇੰਨੀ ਕੁ ਹੋ ਜਾਂਦੀ ਆ, ਕਈ ਵਾਰ ਵੀਰਾਂ ਨੂੰ ਹੁੰਦਾ ਵੀ ਲੰਬਾ ਥਣ, ਬਾਕੀ ਲੰਬਾਈ ਇੰਨੀ ਕੁ ਹੋ ਜਾਂਦੀ ਆ, ਬਾਕੀ ਚਵਾਈ ਜੇਕਰ ਪੋਲੀ ਹੋਵੇ ਤੇ ਮੈਨੂੰ ਲੱਗਦਾ ਕੋਈ ਵੱਡੀ ਗੱਲ ਨਹੀਂ। ਭਾਜੀ ਚਵਾਈ ਦੇਖਿਓ ਕਿੱਦਾਂ, ਜਿੱਦਾਂ ਮੋਟਰ ਚੱਲਦੀ ਆ ਉਦਾਂ ਚੱਲੂ। ਠੀਕ ਆ ਜੀ, ਹਾਂਜੀ, ਇਹ ਆਹ ਦੇਖੋ ਭਾਜੀ, ਪਸਮਾ ਵੀ ਭਾਜੀ ਦੁੱਧ ਨਾਲ ਵੱਜਦਾ, ਉਦਾਂ ਗੱਲਾਂ ਨਾਲ ਥੋੜਾ ਪਸਮਾ ਵੱਜ ਜਾਂਦਾ। ਬਿਲਕੁਲ ਜੀ, ਹਾਂਜੀ, ਆਹ ਪਸਮਾ ਹੋ ਗਿਆ ਦੋਸਤੋ, ਵਿਹਦੇ ਵਿਹਦੇ ਪਸਮਾ ਹੋ ਗਿਆ, ਤੇ ਆਹ ਕਰੀਏ ਆਹ ਥਾਂ ਚ ਆ ਭਾਜੀ, ਆ ਦੇਖ ਆਹ ਪੂਰ ਹੈਗੀ ਆ ਵੀਰਾਂ ਦਾ ਵੀ, ਆਹ ਇਹਦੇ ਚ ਪੂਰ, ਆਹ ਕਰੋ ਚੈੱਕ, ਬਾਕੀ ਭਾਜੀ ਆ ਧਾਰ ਦੇਖ ਲਓ ਮਗਰਲੇ ਚ ਬਹਿਣੀ ਵਾਲੇ, ਆਹ ਪੂਰ ਆ, ਬਾਕੀ ਸਾਰੇ ਥਣਾਂ ਦੀ ਜਿਹੜੀ ਆ ਦੋਸਤੋ ਉਂਗਲ ਜੀ ਧਾਰ ਹੋਵੇਗੀ ਮੋਟੀ। ਇਹ ਭਾਜੀ ਆਪਾਂ ਜੇ ਨਾ ਕਿਸੇ ਨੂੰ ਦਿਖਾਉਣੀ ਹੋਵੇ ਜਾਂ ਇਦਾਂ ਮੈਂ ਚੋ ਸਕਣਾ ਵੀ, ਥੋੜਾ ਘੁਮਾ ਘੁਮੂ ਕੇ ਚੋਇਆ ਜਾਂਦਾ, ਘੁਮਾ ਕੇ ਚੋਲਾ, ਪਰ ਨਹੀਂ ਭਾਜੀ, ਪਰ ਨਹੀਂ ਉਹਲਾ ਨਹੀਂ ਰੱਖਣਾ ਭਾਈ, ਗੱਲ ਇਹ ਆ ਯਾਰ, ਦੋਨੋਂ ਭੈਣ ਭਰਾ ਨੇ ਆਉਣਾ ਕਿਸੇ ਨੇ। ਹਾਂਜੀ, ਆਹ ਦੂਜੇ ਥਣਾਂ ਦੇਖੋ ਭਾਜੀ ਕਿੱਦਾਂ ਉਹ ਚੱਲਦੀ, ਆਹ ਕਰੋ ਮੇਰਾ ਭਰਾ ਚੈੱਕ, ਬੱਚੇ ਤੋਂ ਵੀ ਪਹਿਲਾਂ ਆਉਂਦੀ ਆ ਭਾਜੀ, ਆਹ ਵੇਂਦੇ ਵੇਂਦੇ ਹੋ ਗਿਆ ਭਾਈ ਪਸਮਾ, ਹਾਂਜੀ ਦੇਖੋ ਭਾਜੀ ਕਿੱਦਾਂ ਚੱਲਦੀ, ਮੋਰਲੇ ਥਣਾਂ ਦੇਖਿਓ, ਦੇਖੋ ਭਾਜੀ
ਲਓ ਜੀ ਉਂਗਲ ਤੋਂ ਮੋਟੀ ਧਾਰ, ਅਗਲੇ ਥਣ ਦੀ ਚਵਾਈ ਵੇਖ ਲਓ। ਠੀਕ ਆ ਦੋਸਤੋ, ਲਓ ਵੀ ਮਿੱਤਰੋ ਤਸੱਲੀ ਕਰਾਤੀ ਭਾਅ ਜੀ, ਕੋਈ ਇਹ ਨਾ ਕਹੇ ਵੀ ਲੱਤ ਬੜੀ ਮਾਰਦੀ, ਕੋਈ ਚੱਕਰ ਨਹੀਂ ਵੀ ਲੱਤ ਨਹੀਂ ਚੱਕੀ। ਜਦੋਂ ਆਪਾਂ ਪਸਮਾ ਕਰਨਾ ਸੀਗਾ, ਭਾਰਾ ਵੰਡਾ ਪਾਉਣਾ ਸੀ, ਉਦੋਂ ਤੇ ਉੱਥੇ ਗੱਡ ਕੇ ਖੜੀ ਲੱਤਾਂ। ਮੈਂ ਕਿਹਾ ਭਾਅ ਜੀ ਪਰਵਾਹ ਹੀ ਨਹੀਂ ਕੋਈ, ਤੇ ਭਰਾਵੋ ਬਾਕੀ ਤਸੱਲੀ ਆਪ ਕਰ ਲਿਆ ਕਰੋ, ਹਰ ਕਿਤੇ ਆਪੋ ਆਪਣੀ ਸਮਝ ਆ। ਆਹ ਵੇਖੋ ਜਗਾ, ਵੇਖੋ ਠੀਕ ਆ, ਲੈ ਵੀ ਇਹ ਤਾਂ ਗੋਰੀ ਗੱਲ ਬਣ ਗਈ ਹੈ ਕੋਈ। ਮੈਂ ਕਿਹਾ ਭਾਅ ਜੀ ਛੱਡ ਦਿਓ ਗੱਲਾਂ, ਜੇ ਬੱਚਾ ਨਾ ਮਾਰਦਾ 70,000 ਦੀ ਕੱਟੀ ਵੇਚਣੀ ਸੀ, ਹਰਜਿੰਦਰ ਵੀਰੇ ਸੰਪਰਕ ਨੰਬਰ ਜ਼ਰੂਰ ਦੱਸ ਦਿਓ ਭਾਜੀ। ਪਿੰਡ ਮੇਰਾ ਨਾਰਪੁਰ, ਤਹਿਸੀਲ ਕਰਤਾਰਪੁਰ, ਜ਼ਿਲ੍ਹਾ ਜਲੰਧਰ। ਫੋਨ ਨੰਬਰ ਮੇਰਾ ਹੈਗਾ 99-686-65-81, ਅਤੇ ਵਟਸਐਪ ਵੀ ਚੱਲਦਾ ਅਤੇ ਕਾਲਿੰਗ ਵੀ ਹੁੰਦੀ। ਦੂਜਾ ਮੇਰਾ ਨੰਬਰ ਹੈਗਾ 84-270-96-511। ਭਾਅ ਜੀ ਇੱਕੋ ਹੀ ਬੇਨਤੀ ਹੈ ਵੀਰਾਂ ਨੂੰ ਵੀ ਇੱਥੇ ਆ ਕੇ ਤਸੱਲੀ ਕਰੋ, ਬਿਲਕੁਲ ਇੱਕ ਟਾਈਮ 'ਚ ਹੋਵੋ, ਦੋ ਟਾਈਮ 'ਚ ਹੋਵੋ, ਜੇ ਅਸੀਂ ਨਹੀਂ ਚਵਾਉਂਦੇ ਤਾਂ ਫਿਰ ਤੁਹਾਨੂੰ ਦੱਸਣ ਭਾਅ ਜੀ। ਬਿਲਕੁਲ, ਬਾਅਦ 'ਚ ਭਾਅ ਜੀ ਇਨਾਮਾਂ ਦੇਣ ਦਾ ਕੋਈ ਫਾਇਦਾ ਨਹੀਂ। ਬਿਲਕੁਲ ਬਿਲਕੁਲ, ਬਾਕੀ ਭਾਅ ਜੀ ਇਹ ਤਿੰਨਾਂ ਮਹੀਆਂ ਦੇ ਆਪਾਂ ਕਹਿ ਦਿੰਦੇ ਹਾਂ, ਇਹਨਾਂ ਦੇ ਤਿੰਨਾਂ ਦੇ ਕੋਈ ਭੂਰ ਛੱਟਾ ਨਾ ਹੋਊਗਾ, ਕੋਈ ਗਿਲਟੀ ਨਾ ਹੋਊਗੀ, ਥਾਣਵਾਦ ਘਾਟ ਨਾ ਹੋਊਗਾ। ਇਹ ਮੈਂ ਇਹਦੇ ਛੱਟਾ ਹੈਗਾ ਥੋੜ੍ਹਾ ਜਿਹਾ, ਉਹ ਦੱਸ ਦਿੱਤਾ, ਦੱਸਣਾ ਫਰਜ਼ ਵੀ ਬਣਦਾ ਸੀ ਵੀਰੇ। ਹਾਂਜੀ ਹਾਂਜੀ, ਤੇ ਦੋਸਤੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ, ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ।